ਕੁਛ ਸਮਾਂ ਪਹਿਲਾਂ ਜੋ ਪੰਚਾਇਤ ਦੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਆਪ ਜੀ ਨੇ ਜੋ ਖਾਲਸੇ ਨੂੰ ਵਡਿਆਈ ਬਖਸ਼ੀ ਹੈ ਮਹਾਰਾਜ, ਉਸ ਸਮੇਂ ਦੇ ਵਿੱਚ ਆਪ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਗਿਆ ਸੀ। ਇਸ ਕਰਕੇ ਮੈਂ ਵੋਟਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਸਕਿਆ, ਪਰ ਆਪ ਜੀ ਨੇ ਫਿਰ ਵੀ ਇਹ ਦੋਨੇ ਕਾਂਗਰਸੀ ਅਤੇ ਅਕਾਲੀਆਂ ਨੂੰ ਢਾ ਕੇ ਵਾਹਿਗੁਰੂ ਇਹ ਮੈਨੂੰ ਵਡਿਆਈ ਬਖਸ਼ੀ ਹੈ। ਇਹਦੇ ਵਿੱਚ ਜੋ ਸੱਚਾ ਸੌਦਾ ਡੇਰਾ ਦੇ ਪ੍ਰੇਮੀ ਹਨ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ। ਸੋ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਛੇਵੇਂ ਜਾਮੇ ਦੇ ਵਿੱਚ ਆਪ ਜੀ ਨੇ 52 ਰਾਜਿਆਂ ਨੂੰ ਰਿਹਾ ਕਰਾਇਆ ਸੀ, ਸੋ ਇਸ ਤਰ੍ਹਾਂ ਕਿਰਪਾ ਕਰੋ ਜੋ ਸੁਖਬੀਰ ਬਾਦਲ ਨੇ ਚਾਲਾਂ ਚੱਲ ਕੇ ਸਾਡੇ ਸੰਤ ਡਾਕਟਰ ਰਾਮ ਰਹੀਮ ਜੀ ਨੂੰ ਕੈਦ ਕਰਾ ਦਿੱਤੀ ਹੈ ਸੁਨਹਿਰੀਆ ਜੇਲ੍ਹ ਦੇ ਵਿੱਚ। ਮਹਾਰਾਜ ਸਿੰਘ ਡੇਰੇ ਦੇ ਵਿੱਚ ਜਾ ਕੇ ਦੇਖਿਆ ਸਾਨੂੰ ਕੋਈ ਵੀ ਉੱਥੇ ਮਾੜਾ ਕੰਮ ਨਹੀਂ ਲੱਗਿਆ, ਸੋ ਕਿਰਪਾ ਕਰੋ ਇਹ ਸੰਤਾਂ ਨੂੰ ਰਿਹਾਈ ਕਰਨ ਦੀ ਜੋ ਵਡਿਆਈ ਆ ਅਤੇ ਖਾਲਸਾ ਜੀ ਨੂੰ ਬਖਸ਼ੋ। ਸੱਚੇ ਪਾਤਸ਼ਾਹ ਕੋ ਮੋਦੀ ਸਾਹਿਬ ਦੇ ਸਿਰ 'ਤੇ ਮੇਹਰ ਭਰਿਆ ਹੱਥ ਰੱਖ ਕੇ ਇਹ ਸੰਤਾਂ ਦੀ ਰਿਹਾਈ ਕਰਾਓ। ਉਹ ਸਮਾਂ ਲਿਆਓ ਵਾਹਿਗੁਰੂ ਜਦੋਂ ਮੈਂ ਸੱਚੇ ਪਾਤਸ਼ਾਹ ਸੰਤਾਂ ਨੂੰ ਲੈ ਕੇ ਇਸ ਗੁਰੂ ਘਰ ਦੇ ਵਿੱਚ ਆਵਾਂ ਅਤੇ ਸੰਤਾਂ ਤੋਂ ਲੱਖ ਗਰੀਬਾਂ ਦਾ ਘਰ ਬਣਵਾਵਾਂ। ਸੋ ਆਪ ਕਿਰਪਾ ਕਰੋ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਦਾਸ। ਸੋ ਅੱਜ ਦੇ ਇਸ ਸੁਖ ਧਿਆੜੇ ਦੇ ਅੰਤ ਦੇ ਸਰਵਾਸੀ ਭਾਈ ਸੁਖਦੇਵ ਸਿੰਘ ਜੀ ਅਤੇ ਨਵਨੀਤ ਕੌਰ ਜੀ ਉਹਨਾਂ ਦੇ ਜਨਮ ਦੇ ਦਿਹਾੜੇ ਦੀ ਖੁਸ਼ੀ ਵਿੱਚ ਭਾਈ ਕੇਵਲ ਸਿੰਘ ਅਤੇ ਸੁਖਦੇਵ ਸਿੰਘ ਦੇ ਪਰਿਵਾਰਾਂ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦੀਆਂ ਡੇਗਾਂ ਲੈ ਕੇ ਆਉਂਦੀਆਂ, ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਕੜਾਹ ਪ੍ਰਸ਼ਾਦੀਆਂ ਡੇਗਾਂ ਕਰਾਈਆਂ ਗਈਆਂ। ਆਪ ਸਿਕੰਦਰ ਸਿੰਘ ਪੰਜ ਸਾਹਿਬ ਦੇ ਮੈਂਬਰ ਉਹਨਾਂ ਦੇ ਵੀ ਆਪ ਮੇਹਰ ਭਰੇ ਹੱਥ ਰੱਖੋ। ਬਾਕੀ ਆਪ ਜਾਣੀ ਜਾਣੋ ਜੋ ਵੀ ਦੂਰੋਂ ਨੇੜੋ ਸੰਗਤਾਂ ਚੱਲ ਕੇ ਆਉਂਦੀਆਂ ਆਪ ਝੋਲੀਆਂ ਭਰ ਦਿਓ, ਸਾਰਿਆਂ ਦੀਆਂ ਝੋਲੀਆਂ ਭਰੋ, ਚੜ੍ਹਦੀ ਕਲਾ ਰੱਖੋ, ਬਖਸ਼ਿਸ਼ ਕਰੋ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਤੇ ਚੱਲਣ ਦੀ ਸਮਰਥਾ ਬਖਸ਼ੋ। ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਦੇ ਵਿਆਹ ਤੇਰਾ ਨਾਮ ਜਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਹਾਂਜੀ ਬਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਂ ਹੈ ਗੁਰਮੇਲ ਸਿੰਘ ਖਾਲਸਾ ਅਤੇ ਇਹ ਜੋ ਪਿੰਡ ਦੀ ਮੈਂ ਸਰਪੰਚੀ ਦੀ ਸੇਵਾ 3 ਪਿੰਡਾਂ ਦੀ ਕਰ ਰਿਹਾ ਅਤੇ ਅੱਜ ਇੱਥੇ ਅਸੀਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ, ਜਿਹਦੇ ਵਿੱਚ ਅਸੀਂ ਜੋ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਵੱਲੋਂ ਸੁਪਨਾ ਲਿਆ ਵੀ ਦਲਿਤ ਪਰਿਵਾਰ ਦੇ ਵਿੱਚੋਂ ਮੁੱਖ ਮੰਤਰੀ ਬਣਾਉਣਾ, ਉਹ ਸੁਪਨਾ ਸਾਕਾਰ ਕਰਨ ਦੀ ਅਰਦਾਸ ਕੀਤੀ ਹੈ। ਅਤੇ ਦੂਜਾ ਜੋ ਸਾਡੇ ਡਾਕਟਰ ਰਾਮ ਰਹੀਮ ਜੀ ਕੁਛ ਸਮਾਂ ਪਹਿਲਾਂ ਸੁਨਹਿਰੀਆ ਜੇਲ੍ਹ ਦੇ ਵਿੱਚ ਜੋ ਅਰੈਸਟ ਹਨ, ਜਿਨ੍ਹਾਂ ਨੂੰ ਕਿ ਸੁਖਬੀਰ ਬਾਦਲ ਨੇ ਚਾਲਾਂ ਚੱਲ ਚੱਲ ਕੇ ਬਾਣੇ ਦੇ ਨਾਲ ਹੀ ਪਸਾਇਆ, ਮੋਦੀ ਸਾਹਿਬ ਨੂੰ ਗਲਤ ਇਹਦੇ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਇਸ ਕਰਕੇ ਮੈਂ ਇਹ ਕਹਿੰਦਾ ਵੀ ਸੁਖਬੀਰ ਸਿੰਘ ਬਾਦਲ ਵੀ ਜਿਵੇਂ ਤੂੰ ਬਾਣੇ ਦੇ ਵਿੱਚ ਫਸਾਇਆ ਨਾ, ਅਤੇ ਖਾਲਸਾ ਸੰਤਾਂ ਨੂੰ ਬਾਣਾ ਪਵਾ ਕੇ ਇੱਥੇ ਇਸੇ ਗੁਰਦੁਆਰੇ 'ਚ ਲਿਆਊਗਾ, ਉਹਦੇ ਸਾਰਾ ਪਿੰਡ ਇੱਥੇ ਇਕੱਠਾ ਹੋਊਗਾ। ਸੋ ਸੰਤਾਂ ਦਾ ਜਿਹੜਾ ਸਾਡੇ ਦਲਿਤ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਸੋ ਇੱਥੇ ਭਾਈ ਮੈਂ ਅਰਦਾਸ ਕੀਤੀ ਹੈ, ਕਿਸੇ ਦੇ ਦਬਾਅ 'ਚ ਨਹੀਂ, ਖਾਲਸਾ ਕਿਸੇ ਦੇ ਅਧੀਨ ਨਹੀਂ।
ਸੋ ਸਾਡੇ ਦਸਵੇਂ ਪਾਤਸ਼ਾਹ ਨੇ ਵੀ ਕਿਸੇ ਸਮੇਂ ਕਿਹਾ ਸੀ, ਕਹਿੰਦੇ ਜਿੰਨ ਕੀ ਕੁੱਲ ਵਰਨ ਮੈਂ ਕਵੀ ਸਰਦਾਰੀ ਨਹੀਂ, ਇਨਹੀਂ ਕੋ ਸਰਦਾਰ ਬਣਾਉ। ਪਰ ਇੱਥੇ ਰਜਵਾੜਾ ਸ਼ਾਹੀ ਦਾ ਰਾਜ ਆ ਗਿਆ, 47 ਤੋਂ ਲੈ ਕੇ ਇਕੱਲਾ ਜੱਟ ਹੀ ਉੱਥੇ ਮੁੱਖ ਮੰਤਰੀ ਬਣਦਾ ਹੈ। ਕਿਸੇ ਨੇ ਦਲਿਤਾਂ ਨੂੰ ਪੁੱਛੇ ਨਹੀਂ, ਜਿਹੜੇ ਜਿੰਨੇ ਕੁ ਜਾਂਦੇ ਆ ਨਾ ਰਿਜ਼ਰਵ ਸੀਟਾਂ 'ਤੇ, ਉਹ ਸਿਰੀ ਬਣ ਕੇ ਰਹਿ ਗਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਅਤੇ ਮੈਂ ਬੇਨਤੀ ਕਰਦਾ ਮੇਰਾ ਦਲਿਤ ਸਮਾਜ ਭਾਈਚਾਰਾ, ਇਕੱਠੇ ਹੋ ਜਾਓ ਭਾਈ, ਮੁੱਖ ਮੰਤਰੀ ਆਪਾਂ ਰਲ ਮਿਲ ਕੇ ਆਪਦੇ ਪਰਿਵਾਰ ਚੁੱਕ ਨੂੰ ਬਣਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।